ਬਿਲਕਿਸ ਬਾਨੋ, ਮਾਮਲਾ ਦੁਬਾਰਾ ਮੋੜ ਕੱਢਦਾ ਨਜ਼ਰ ਆ ਰਿਹਾ ਹੈ। ਗੁਜਰਾਤ ਹਾਈ ਕੋਰਟ ਦੇ ਵੱਲੋਂ ਇੱਕ ਹੋਰ ਵਿਵਾਦਿਤ ਫੈਸਲਾ ਸੁਣਾ ਦਿੱਤਾ ਗਿਆ। ਇੱਕ ਦੋਸ਼ੀ ਨੂੰ 5 ਦਿਨ ਦੀ ਪੈਰੋਲ ਦੇ ਉੱਤੇ ਰਿਹਾਅ ਕਰ ਦਿੱਤਾ ਗਿਆ। ਗੋਧਰਾ ਜੇਲ੍ਹ ਦੇ ਵਿੱਚੋਂ 5 ਦਿਨਾਂ ਵਾਸਤੇ ਪੈਰੋਲ 'ਤੇ ਰਿਹਾਅ ਹੋਇਆ ਪ੍ਰਦੀਪ ਮੋਦੀਆ, ਜੋ ਕਿ 11 ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਹੈ ਬਿਲਕਿਸ ਬਾਨੋ ਜਬਰ ਜਨਾਹ ਮਾਮਲੇ ਦਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਦੇ ਉੱਤੇ ਆਤਮ ਸਮਰਪਣ ਕੀਤਾ ਗਿਆ ਸੀ 11 ਦੋਸ਼ੀਆਂ ਦੇ ਵੱਲੋਂ, ਪਰ ਹੁਣ ਗੁਜਰਾਤ ਅਦਾਲਤ ਦੇ ਵੱਲੋਂ ਦੁਬਾਰਾ ਇੱਕ ਫੈਸਲਾ ਸੁਣਾਇਆ ਗਿਆ, ਜਿਸ ਦੇ ਆਧਾਰ ਦੇ ਉੱਤੇ ਗੋਧਰਾ ਜੇਲ੍ਹ ਦੇ ਵਿੱਚੋਂ 5 ਦਿਨਾਂ ਦੇ ਪੈਰੋਲ ਦੇ ਉੱਤੇ ਪ੍ਰਦੀਪ ਮੋਦੀਆ ਰਿਹਾਅ ਕੀਤਾ ਗਿਆ। 5 ਦਿਨਾਂ ਦਾ ਪੈਰੋਲ ਇਸ ਨੂੰ ਦਿੱਤਾ ਗਿਆ ਆ। ਸੂਤਰਾਂ ਮੁਤਾਬਕ ਪ੍ਰਦੀਪ ਮੋਦੀਆ ਦੇ ਸਹੁਰੇ ਦਾ ਦੇਹਾਂਤ ਹੋਇਆ, ਜਿਸ ਵਾਸਤੇ ਉਸ ਨੂੰ ਇਹ ਪੈਰੋਲ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਸੰਬੰਧੀ ਲੰਘੇ ਸਾਲ ਵਿਵਾਦ ਖੜ੍ਹਾ ਹੋਇਆ ਸੀ ਅਗਸਤ ਦੇ ਮਹੀਨੇ ਦੇ ਵਿੱਚ, ਜਦੋਂ 11 ਦੇ 11 ਦੋਸ਼ੀਆਂ ਨੂੰ ਸਜ਼ਾ ਮੁਆਫੀ ਦਿੱਤੀ ਗਈ ਸੀ, ਸਜ਼ਾ ਦੇ ਵਿੱਚ ਛੋਟ ਦਿੱਤੀ ਗਈ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ ਅਗਸਤ ਮਹੀਨੇ ਤੋਂ ਲੈ ਕੇ ਨਵੇਂ ਸਾਲ ਦਾ, ਯਾਨੀ ਕਿ ਇਸ ਚੜ੍ਹੇ ਸਾਲ ਦਾ ਜਨਵਰੀ ਦਾ ਮਹੀਨਾ ਆਉਂਦਿਆਂ ਸੁਪਰੀਮ ਕੋਰਟ ਨੇ ਇਸ ਉੱਤੇ ਵੱਡਾ ਫੈਸਲਾ ਸੁਣਾ ਦਿੱਤਾ। ਸੁਪਰੀਮ ਕੋਰਟ ਨੇ ਗੁਜਰਾਤ ਦੀ ਸਰਕਾਰ ਨੂੰ ਝਾੜ ਪਾਈ ਸੀ ਔਰ ਨਾਲ ਦੀ ਨਾਲ ਇਸ ਕਾਰਵਾਈ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਅਪੀਲ ਕੀਤੀ ਸੀ, ਹੁਕਮ ਸੁਣਾਇਆ ਸੀ। ਦੂਜੇ ਪਾਸੇ ਇਹ ਵੀ ਹੁਕਮ ਸੁਣਾਇਆ ਸੀ ਕਿ ਜਲਦ ਤੋਂ ਜਲਦ ਜਿਹੜੇ ਸਜ਼ਾ ਦੇ ਵਿੱਚ ਛੋਟ ਦਿੱਤੇ ਦੋਸ਼ੀ ਨੇ, ਬਿਲਕਿਸ ਬਾਨੋ ਕੇਸ ਦੇ ਦੋਸ਼ੀ ਨੇ, ਉਹਨਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ, ਔਰ ਇਸ ਤੋਂ ਬਾਅਦ ਉਹਨਾਂ ਦੋਸ਼ੀਆਂ ਨੇ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ ਸੀ। ਪਰ ਹੁਣ ਗੁਜਰਾਤ ਹਾਈ ਕੋਰਟ ਨੇ ਦੁਬਾਰਾ ਪੈਰੋਲ ਦੇ ਉੱਤੇ ਇੱਕ ਦੋਸ਼ੀ ਨੂੰ ਭੇਜ ਦਿੱਤਾ ਆ, ਔਰ ਸੂਤਰਾਂ ਮੁਤਾਬਕ ਪ੍ਰਦੀਪ ਮੋਦੀਆ, ਜਿਸ ਨੂੰ ਪੈਰੋਲ ਦਿੱਤੀ ਗਈ ਹੈ, ਉਸ ਦੇ ਸਹੁਰੇ ਦਾ ਦੇਹਾਂਤ ਹੋਇਆ, ਜਿਸ ਵਾਸਤੇ ਉਹਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਗਈ ਹੈ। ਹਾਲਾਂਕਿ ਇਸ ਮਾਮਲੇ ਸੰਬੰਧੀ ਜੇ ਇਸ ਪੂਰਨ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 2002 ਦੇ ਵਿੱਚ ਗੁਜਰਾਤ ਦੰਗਿਆਂ ਦੌਰਾਨ ਗੁਜਰਾਤ ਦੀ ਹੀ ਮਹਿਲਾ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ, ਇਸ ਦੇ ਇਲਜ਼ਾਮ ਲਾਏ ਗਏ ਨੇ। ਪਰ ਦੂਜੇ ਪਾਸੇ ਇਸ ਮਹਿਲਾ ਦੇ 7 ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਗਿਆ ਸੀ, ਬਿਲਕਿਸ ਬਾਨੋ ਦੇ 7 ਪਰਿਵਾਰਕ ਮੈਂਬਰ, ਜਿਨ੍ਹਾਂ ਦੇ ਵਿੱਚ 5 ਸਾਲ ਦੀ ਉਸਦੀ ਬੱਚੀ ਵੀ ਸ਼ਾਮਿਲ ਸੀ, ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸੀ, ਜਿਨ੍ਹਾਂ ਦੇ ਆਧਾਰ ਦੇ ਉੱਤੇ ਦੋਸ਼ੀ ਕਰਾਰ ਦਿੰਦਿਆਂ ਅਤੇ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਸੀਗੇ 11 ਦੋਸ਼ੀ, ਜਿਨ੍ਹਾਂ ਦੇ ਵਿੱਚੋਂ 1 ਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਗਈ ਹੈ। ਖੈਰ, ਇਹਨਾਂ ਮਾਮਲਿਆਂ ਦੇ ਸੰਬੰਧ ਦੇ ਵਿੱਚ ਵਿਵਾਦ ਦੁਬਾਰਾ ਉੱਠਣ ਲੱਗ ਗਿਆ ਹੈ, ਪਰ ਕੀ ਇਹ ਪੈਰੋਲ ਵਾਜਿਬ ਹੈ ਜਾਂ ਨਹੀਂ, ਇਹ ਕਾਨੂੰਨ ਇਸ ਦੀ ਪੁਸ਼ਟੀ ਕਰ ਸਕਦਾ, ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾਂਦਾ, ਕੀਤਾ ਜਾਵੇਗਾ ਜਾਂ ਨਹੀਂ, ਇਹ ਸਮਾਂ ਦੱਸੇਗਾ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।